अस्सलाम वालेकुम जी सजनों ते वालेकुम मित्रों, की हाल जी। मैं तुहाडा दोस्त आसम वाला ते तुसी देख रहे हो मेरा यूट्यूब चैनल विले 62। उम्मीद करदा सारे सज्जन भरा ठीक होणगे। अज असीं जनाब एक बकरियां दी वीडियो बना रहे हैं जी। माशाल्लाह बकरियां बड़ियां खूबसूरत नहीं भाई जी को इन्हां को पुछदे हैं मजीद इन्हां नूं कीदां दे इहदे खिदमत कर रहे ते की इन्हां दा तरीकाकार है जी इन्हां दा। अस्सलाम वालेकुम जी। वालेकुम सलाम। अपना नाम ते एड्रेस दसो जी। जानवर जी इन्हां को भी विखाने जी तुहानूं जनाब। इन्हां नूं ਕਿਹੜੀ ਕਿਹੜੀ ਬਿਮਾਰੀ ਆਂਦੀ ਹੈ ਤੇ ਉਹਨਾਂ ਦਾ ਕੀ ਇਲਾਜ ਕਰਦੇ ਜੀ ਤੁਸੀਂ ਦੱਸਿਓ ਜੀ ਸਾਡੇ ਵਿਊਵਰਾਂ ਨੂੰ। ਇਹ ਭਾਈ ਇਹਨਾਂ ਨੂੰ ਮੂੰਹ ਖੋਰ ਆਉਂਦਾ ਬਹੁਤਾ। ਹਾਂਜੀ ਜਾਂ ਇਹਨਾਂ ਦੇ ਮੂੰਹ ਤਰੇਲ ਤੋਂ ਭਾਈ ਇਹਨਾਂ ਦਾ ਮੂੰਹ ਪੱਕ ਜਾਂਦਾ ਵਾ। ਮੂੰਹ ਪੱਕ ਜਾਂਦਾ ਜਾਂ ਮੂੰਹ ਖੋਰ ਦੀ ਬਿਮਾਰੀ ਆ ਜਾਂਦੀ ਹੈ। ਖੋਰ ਦੀ ਆ ਜਾਂਦੀ ਬਿਮਾਰੀ। ਤੇ ਫਿਰ ਕੀ ਇਲਾਜ ਕਰਦੇ ਜੀ ਉਹਦਾ? ਭਾਈ ਇਹਨਾਂ ਨੂੰ ਅਸਾਂ ਤੇਲ ਦੇਈਦਾ ਵਾ। ਕਿਹੜਾ ਤੇਲ ਜੀ? ਮਿੱਠਾ ਤੇਲ ਦੇਈਦਾ ਵਾ। ਹਾਂਜੀ ਤੇ ਸਰੋਂ ਦਾ ਤੇਲ ਦੇ ਦੇਈਦਾ। ਸਰੋਂ ਦਾ ਤੇਲ ਦੇ ਦਿੰਦੇ ਜੀ। ਇਹ ਮੂੰਹ ਖੋਰ ਤੋਂ ਇਲਾਵਾ ਕਿਹੜੀ ਬਿਮਾਰੀ ਆਂਦੀ ਜੀ ਇਹਨਾਂ ਨੂੰ? जनाब नवे बंदे नूं तुसी की दसोगे इन्हां दी खुराक किद्दां दवे ते की उहदा लायमल होवेगा जी? इन्हां नूं खुशक चारा जिन्ना भी दिया जावे ओना ही ठीक है जी। खुशक चारा इन्हां नूं वास्ते ठीक आ। ਤੇ ਹੋਰ ਵੀ ਫੇਰਨਾ ਤੋਰਨਾ ਚਾਹੀਏ ਬਾਹਰ। ਜਿੰਨਾ ਜਾਨਵਰ ਬਾਹਰ ਫਿਰੂਗਾ ਉਹਨਾਂ ਦਾ ਗੋਸ਼ਤ ਵੀ ਵਧੂਗਾ ਉਹਦੀ ਸਿਹਤ ਰਹੂਗੀ। ਸਾਡੇ ਨਾਲ ਅਕਸਰ ਦੋਸਤ ਸ਼ਿਕਵਾ ਕਰਦੇ ਨੇ ਜੀ ਕਿ ਕੁਰਬਾਨੀ ਦਾ ਜਾਨਵਰ ਅਸੀਂ ਲਿਆ ਤੇ ਉਹ ਵਾਧਾ ਫੁੱਲਦਾ ਨਹੀਂ ਆਇਆ ਤੇ ਉਹਦੇ ਕੀ ਅਸੀਂ ਉਹਨੂੰ ਨੁਸਖਾ ਦਈਏ? ਤੇ ਚਲੋ ਬੰਦਾ ਇੱਕ ਉਹ ਖੁਰਾਕ ਵੀ ਦੇ ਰਿਹਾ ਨੰਬਰ 2 ਉਹਦੇ ਨਾਲ ਨੁਸਖਾ ਕਿਹੜਾ ਲਾਈਏ ਤੇ ਅੱਛੀ ਉਹਦੀ ਸਿਹਤ ਹੋ ਸਕਦੀ ਹੈ। ਉਹਨੂੰ ਮੱਕੀ ਦਾ ਦਾਣਾ ਦਲੇ ਦਾ ਕੇ ਤੇ ਵਿੱਚ ਮੱਕੀ ਪਾ ਕੇ ਵਿੱਚ ਨਾਲ ਦਾ ਚਣਿਆਂ ਦੀ ਦਾਲ ਪਾ ਕੇ ਹਾਂਜੀ ਤੇ ਵਿੱਚ ਨਾਲ ਉਹਦਾ ਕਣਕ ਪਾ ਲਓ। ਮੱਕੀ ਹਾਂਜੀ ਚਣਿਆਂ ਦੀ ਦਾਲ ਤੇ ਕਣਕ ਇਹਨੂੰ ਭਿਆ ਕੇ ਹਾਂਜੀ ਤਿੰਨਾਂ ਨੂੰ ਮਿਕਸ ਕਰਕੇ ਤੇ ਇਹਨਾਂ ਦਾ ਦਵੇ ਮਾ ਰਹਿਮਾਨ ਤੇਰੀ ਅੰਮੀ ਨਸੂਗਾ ਤੇ ਅੱਡੀ ਮਾਂ। ਅੱਛਾ ਜਨਾਬ ਤੇ ਇਹ ਚੀਜ਼ਾਂ ਦਵੇਗਾ ਤੇ ਮਾਸ਼ਾਅੱਲਾ ਜਾਨਵਰ ਜਿਹੜਾ ਵਾ ਸਿਹਤਮੰਦ ਹੋ ਜਾਏਗਾ। ਹਾਂਜੀ ਸਿਹਤਮੰਦ ਹੋ ਜਾਏਗਾ। ਅੱਛਾ ਜੀ ਸਾਡੇ ਦੇਖਣ ਵਾਲੇ ਨੂੰ ਦੱਸੋ ਜੀ ਕਿ ਹੁਣ ਇਹ ਕੰਮ ਜਿਹੜਾ ਵਾ ਮਾਸ਼ਾਅੱਲਾ ਹੈ ਤੇ ਮੁਨਾਫੇ ਵਾਲਾ ਜੀ। ਇੱਕ ਨੰਬਰ ਸੁਨਤੇ ਰਸੂਲ ਹੈ ਜੀ। ਇਹਨਾਂ ਨੂੰ ਰੱਖਣਾ ਵੀ ਸੁਨਤੇ ਰਸੂਲ ਹੈ ਤੇ ਇਹ ਬੜਾ ਸਵਾਬ ਦਾ ਕੰਮ ਹੈ। ਹਾਂਜੀ ਤੇ ਉਹ ਬੰਦਾ ਜਿਹੜਾ ਨਵਾਂ ਕੰਮ ਸ਼ੁਰੂ ਕਰ ਲੇਗਾ ਤੇ ਉਹ ਕਿਹੜੀਆਂ ਹਾਲਤਾਂ ਉਹਨਾਂ ਨੂੰ ਇੱਕ ਟਿਪ ਦੇ ਦਿਓ ਜੀ ਦੇਖਣ ਵਾਲਿਆਂ ਨੂੰ ਉਹ ਕਿਹੜਾ ਕੰਮ ਕਰਨ ਤੇ ਨੁਕਸਾਨ ਨਹੀਂ ਹੋਏ ਉਹਨਾਂ ਨੂੰ ਜੀ ਤੇ ਉਹਦੀ ਬਸ ਵਾੜੇ ਦੀ ਸਫਾਈ ਰੱਖਣ। ਹਾਂਜੀ ਤੇ ਇਹਨਾਂ ਦਾ ਇਹਨਾਂ ਨੂੰ ਖੁਰਾਕ ਅੱਛੀ ਦੇਣ। ਹਾਂਜੀ ਤੇ ਇਹਨਾਂ ਦੀ ਹਿਫਾਜ਼ਤ ਕਰਨ ਜਦੋਂ ਬੋਲੀ ਹੋਵੇ ਇਹਨਾਂ ਨੂੰ ਉਸੇ ਟਾਈਮ ਬਰੀਡਰ ਕੋਲ ਲੈ ਜਾਣ। ਯਾਨੀ ਕਿ ਇਹਦਾ ਟਾਈਮ ਨਾ ਖੰਜਾਓ ਇਹਨੂੰ ਟਾਈਮ ਨਾ ਬਰੀਡਰ ਕੋਲ ਬੱਕਰੀ ਨੂੰ ਨਵੇਂ ਸੂਕ ਕਰਾ ਦਿਓ ਜੀ। ਹਾਂਜੀ ਤੇ ਟਾਈਮ ਨਾ ਬਣ ਜਾਏਗੀ ਤੇ ਫਿਰ ਟਾਈਮ ਨਾ ਸੂਕੂਗੀ। ਠੀਕ ਹੈ ਜਨਾਬ ਕੋਈ ਜਾਨਵਰ ਵੇਚਦੇ ਵੀ ਹੈ ਜੇ ਕਿ ਤੁਸੀਂ ਘਰ ਲਈ ਰੱਖੇ ਆ ਸਾਰੇ? ਨਹੀਂ ਵਿੱਚੋਂ ਸੇਲ ਵੀ ਕਰ ਦਈਦੇ ਆ। ਸੇਲ ਵੀ ਕਰ ਦਿੰਦੇ ਜੇ ਜਨਾਬ? ਈ ਤੇ ਜਾਨਵਰ ਜਿਹੜੇ ਸੇਲ ਕੀਤੇ ਤੇ ਕਿੰਨੇ ਕਿੰਨੇ ਦੇ ਜਾਨਵਰ ਸੇਲ ਕੀਤੇ ਜੇ ਤੁਸੀਂ? ਅਸਾਂ 70000 70000 ਤੋਂ ਲਾਇਆ ਇਹਨਾਂ ਕੋ ਜੀ। ਆਪਣਾ ਬਰੀਡਰ ਜੀ, ਬਰੀਡਰ ਪਹਿਲਾਂ ਚੈੱਕ ਕਰੋ ਜੀ ਫਿਰ ਇਹਦੀ ਡਿਟੇਲ ਪੁੱਛਦੇ ਆ ਜੀ। ਉੱਚਾ ਲੰਮਾ ਕੱਦ ਕਾਠ ਹੈ ਜੀ ਇਹਦਾ, ਪੂਰਾ ਸੋਹਣਾ ਲੱਗ ਜੀ। ਹਾਂਜੀ ਜਨਾਬ ਇਹ ਕਿੰਨੀ ਕੁ ਉਮਰ ਹੈ ਜੀ ਇਹਦੀ? ਛਿੱਗਾ ਜੀ, ਪੂਰਾ ਦੰਦ ਚੈੱਕ ਕਰਾਓ ਜੀ ਇਹਦੇ। ਕਿਹੜੀ ਨਸਲ ਆ? ਇਹ ਪਿੱਤਲ ਅੰਮ੍ਰਿਤਸਰੀ ਪਿਓਰ ਪਿਓਰ ਨਸਲ ਆ ਜੀ, ਬੀਤਲ ਅੰਮ੍ਰਿਤਸਰੀ। ਇਹ ਸੇਲ ਵੀ ਕਰਨਾ ਜੀ ਕਿ ਆਪਣੇ ਜਾਨਵਰ ਨੇ ਰੱਖਿਆ ਫਿਲਹਾਲ? ਨਹੀਂ ਜੀ ਸੇਲ ਵੀ ਕਰਨਾ। ਕੀ ਰੇਟ ਇਹਦਾ ਮੰਗਦੇ ਜੀ? 1.5 ਲੱਖ ਮੰਗਦੇ। 1.5 ਲੱਖ ਮੰਗਦੇ ਜੀ ਤੇ ਫਾਈਨਲ ਫਾਈਨਲ ਕਿੰਨੇ ਚ ਦੇਣਾ ਜੀ? 1.45 ਲੱਖ ਕਿਤੇ ਕਰ ਦੇ ਦਾਂਗੇ। ਚਲੋ ਮਿਹਰਬਾਨੀ ਜੀ, ਸ਼ੁਕਰੀਆ।